ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਸਤ ਸਿੰਘ ਜੀ ਆਓ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੀਏ ਬੁਲੰਦ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਪੰਥ ਦੇ ਮਹਾਨ ਤੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 300 ਸਾਲਾ ਸਰਹੰਦ ਫਤਿਹ ਦਿਵਸ ਦਾ ਇਤਿਹਾਸ ਕਹਿਣ ਲਈ ਹੁਕਮ ਹੋਇਆ ਹੈ। ਆਪ ਦਾ ਜਨਮ ਕਸ਼ਮੀਰ ਦੇ ਵਿੱਚ ਮਾਤਾ ਸਲੱਖਣੀ ਕੁੱਖੋਂ ਪਿਤਾ ਰਾਮ ਦੇ ਭਾਰਦਵਾਜ ਦੇ ਗ੍ਰਹਿ ਵਿਖੇ ਸੰਮਤ 1727 27 ਅਕਤੂਬਰ 1670 ਈਸਵੀ ਦਿਨ ਐਤਵਾਰ ਨੂੰ ਹੋਇਆ। ਨੌਜਵਾਨ ਬੱਚਾ ਖੇਡਦਾ ਖੜਾਉਂਦਾ ਜਵਾਨ ਹੋਇਆ। ਮਨ ਦਾ ਸ਼ੁਕਲ ਸੀ ਸ਼ਿਕਾਰ ਖੇਡਣਾ, ਤੀਰ ਚਲਾਉਣਾ, ਤਲਵਾਰ ਚਲਾਉਣੀ, ਘੋੜੇ 'ਤੇ ਸਵਾਰ ਹੋ ਕੇ ਜੰਗਲ ਵਿੱਚ ਜਾ ਕੇ ਸ਼ਿਕਾਰ ਮਾਰ ਕੇ ਲਿਆਉਣਾ। ਮਨ ਦੇ ਵਿੱਚ ਇਹ ਲਾਲਸਾ ਸੀ, ਮਾਸ ਤੋਂ ਬਿਨਾਂ ਰੋਟੀ ਘਾਸ ਹੈ। ਅੱਜ ਫਿਰ ਰੋਜ਼ ਦੀ ਤਰ੍ਹਾਂ ਚੱਕਿਆ ਤੀਰ ਕਮਾਨ, ਪਹਿਲੀ ਤਲਵਾਰ, ਘੋੜੇ 'ਤੇ ਹੋਇਆ ਸਵਾਰ, ਜੰਗਲ ਵਿੱਚ ਗਿਆ, ਸਾਹਮਣੇ ਆਈ ਹਰਨੇ ਦੀ ਡਾਰ, ਪੱਥੇ ਵਿੱਚੋਂ ਕੱਢਿਆ ਤੀਰ, ਚਾੜਿਆ ਤੰਦੀ 'ਤੇ, ਜ਼ੋਰ ਨਾਲ ਚਲਾਇਆ ਤੀਰ, ਇਸ ਡਾਰ ਦੇ ਵਿੱਚੋਂ ਇੱਕ ਹਰਨੀ ਨੂੰ ਘੈਲ ਕਰਕੇ ਜ਼ਮੀਨ 'ਤੇ ਡੇਗ ਲਿਆ। ਡਿੱਗਦੇ ਸਾਰ ਸ਼ਿਕਾਰੀ ਨੇੜੇ ਆਇਆ, ਕੋਲ ਘੋੜੇ ਤੋਂ ਉੱਤਰ ਕੇ ਪਹੁੰਚਿਆ, ਮਿਆਨ 'ਚੋਂ ਕੱਢੀ ਕਟਾਰੀ, ਪੇੜ ਚਾ ਕੀਤਾ, ਦੋ ਮਾਸੂਮ ਬੱਚੇ ਤੜਫ ਤੜ ਕੇ ਜਾਣ ਦੇ ਗਏ। ਬੱਚੇ ਕਿੰਨੀ ਦੇਖ ਕੇ ਕੰਬ ਗਿਆ ਸ਼ਿਕਾਰੀ, ਉਹਨੇ ਮੋੜ ਪਾਈ ਮਿਆਨ ਦੇ ਤਿੱਖੀ ਕਟਾਰੀ, ਭੈੜੀ ਹਿੱਸਾ ਛੱਡ ਕੇ ਪੁੱਜੀ ਹਿੱਸਾ ਪਿਆਰੀ, ਅੱਜ ਇਕਲੀ ਮਰਿਆ ਤੀਰ ਨਾਲ 3 12 ਵਾਰੀ, 200 ਬੱਚੇ ਮਾਸੂਮ ਸਨ। ਇੱਕ ਮਾਂ ਪਿਆਰੀ ਹੈ ਬਣੀ ਇੱਕੋ ਨੂਰ ਤੋਂ, ਇਹ ਦੁਨੀਆ ਸਾਰੀ ਉਹਨੇ ਮਾਸ ਖਾਣ ਤੋਂ ਪੰਛੀਆ ਕੀਤੀ ਇਨਕਾਰੀ। ਸਿਆਣੇ ਵਿਦਵਾਨ ਨੇ 4 ਰੇਣਾਂ ਹੋਰ ਵੀ ਰੱਖੀਆਂ ਨੇ, ਫੁੱਲ ਸਮੇਂ ਦੀ ਸੇਜਾ ਉੱਤੇ ਉਹ ਕਈ ਭੌਰ ਪਏ ਸੁੱਤੇ, ਹੋ ਹੋ ਮਰ ਗਏ ਕਈ ਸਿਕੰਦਰ ਇਸ ਧਰਤੀ ਦੇ ਉੱਤੇ। ਪੱਕੇ ਪਾਨਾਂ ਦਾ ਦੁੱਖ ਨਹੀਂ ਹੁੰਦਾ, ਬੇਸ਼ੱਕ ਟੁੱਟਣ ਡਾਲੋ, ਅਫਸੋਸ ਉਹਨਾਂ 'ਤੇ ਪੰਛੀ ਟੁੱਟ ਗਏ ਜਿਹੜੇ ਕੁਰਤੇ। ਬੱਚਿਆਂ ਕਿੰਨੀ ਦੇਖ ਕੇ ਮਨ 'ਤੇ ਅਸਰ ਹੋਇਆ, ਆਕਾਸ਼ ਬਾਣੀ ਹੋਈ, ਮਨ ਉਲਾਸ ਪਾਪ ਕੀਤਾ, ਜ਼ੁਲਮ ਕੀਤਾ, ਅੱਤਿਆਚਾਰ ਕੀਤਾ, ਬਖਸ਼ਿਆ ਨਹੀਂ ਜਾਏਗਾ, ਇਹਦਾ ਲੇਖਾ ਦੇਣਾ ਪਵੇਗਾ। ਘੋੜਾ ਛੱਡ ਦਿੱਤਾ, ਤੀਰ ਕਮਾਨ ਤੋੜ ਦਿੱਤੇ, ਤਲਵਾਰ ਸੁੱਟ ਦਿੱਤੀ, ਘਰ ਆਇਆ, ਮਾਂ ਦੇ ਚੜ੍ਹਦੀ ਹੱਥ ਲਾਏ, ਮਾਂ ਨੇ ਮੁਖੜਾ ਦੇਖਿਆ, ਛਾਤੀ ਨਾਲ ਆਇਆ, ਪੁੱਤਰ ਤੇਰਾ ਘੋੜਾ ਕਿੱਥੇ ਹੈ, ਤੇਰੇ ਤੀਰ ਕਮਾਨ ਕਿੱਥੇ ਹੈ, ਤੇਰੀ ਤਲਵਾਰ ਕਿੱਥੇ ਹੈ। ਊੜੇ ਤੋੜਾ ਲੈ ਤੱਕ ਸਾਰੀ ਵਾਰਤਾ ਦੱਸੀ। ਮਾਂ ਨੇ ਸੋਚ ਲਿਆ ਇਹਨਾਂ ਨੂੰ ਇੱਕ ਮੰਡਲੀ ਸੰਤਾਂ ਦੀ, ਬਾਬਾ ਜਾਨਕੀ ਦਾਸ ਨੇ ਆ ਕੇ ਅਲਖ ਜਗਾਈ। ਮਾਂ ਨੇ ਆਖਿਆ ਪੁੱਤਰ ਜਾ ਖੈਰ ਪਾ, ਸੰਤਾਂ ਦੇ ਦਰਸ਼ਨ ਕਰ। ਹੁਕਮ ਦੀ ਪਾਲਣਾ ਕਰਦਾ ਹੋਇਆ ਮਾਧੋ ਦਾਸ ਲਛਮਣ ਦੇ ਸਾਹਮਣੇ ਆਇਆ, ਚਰਨੀ ਹੱਥ ਲਾਏ, ਖੈਰ ਪਾਏ, ਦਰਸ਼ਨ ਕੀਤੇ। ਮਨ ਦੇ ਵਿੱਚ ਜਿਹੜੀ ਭੜਕਣਾ ਸੀ ਹੋਰ ਵੱਧਦੀ ਗਈ, ਇਸ ਰੂਹ ਨੂੰ ਵੇਖ ਕੇ ਕੁਝ ਦਿਲ ਦੇ ਵਿੱਚ ਬਰਾਗ ਹੋਰ ਧਾਰ ਲਿਆ। ਇਸ ਬਰਾਗੀ ਮਨ ਨੇ ਬਰਾਗ ਧਾਰ ਕੇ ਜਿਵੇਂ ਆਪਣੇ ਮਨ ਦੇ ਫੈਸਲੇ ਕਰ ਰਹੇ ਉਹ ਲੈਣਾ ਨੂੰ ਬਰਨਾਲੇ ਵਾਲੀਆਂ ਬੀਬੀਆਂ ਬੀਬੀ ਰਾਜਵੀਰ ਕੌਰ ਭਾਗੋ, ਗੁਰਦੀਪ ਕੌਰ ਨੀਡੂ, ਸੰਗੀ ਮਾਸਟਰ ਗੁਰਤੇਜ ਸਿੰਘ ਜੀ, ਲੌਂਗੋਵਾਲ ਐਮ ਸੀ ਦਾਸ ਭਾਨ ਸਿੰਘ ਭੋਰਾ, ਆਪ ਸੰਗਤਾਂ ਦੀ ਸੇਵਾ ਵਿੱਚ ਹੈ, ਇੰਜ ਕਹਿ ਰਹੀ।